नाल चलती वीडियो तुसी देख सकते हो एमसी जीरकपुर द्वारा ढाइया गई दुकाना ये किसी का रोजगार आ किसी ने लोन लेके दुकाना पाइया तो किसी ने आपके रिश्तेदारों को कर्जा चक के दुकाना पाइया पर अच एमसी का पीला पंजा इन्ह दुकाना चलिया। हालांकि आप पूरी तरह एमसी भी यदा कसूरवार नहीं ठहरा सकते। हालांकि लोगों को पता सगा कि एयरपोर्ट के नाल लगते 100 मीटर के एरिए जे कोई भी कंस्ट्रक्शन होंगी है वह इलीगल होगी। हालांकि विचारन योग गल यह है जो सरकारी तंत्र के कर्मचारियों या अफसर यह पता सगा कि यह हो रही कंस्ट्रक्शन इलीगल आ तो उन्होंने वो नक्शे पास किए वो बैंक लोन दिता बैंक कर्मचारियों ने ते ਇਹ ਲੋਕਾਂ ਨੂੰ ਬਿਜਲੀ ਦੇ ਕਨੈਕਸ਼ਨ ਅਤੇ ਪਾਣੀ ਦੇ ਕਨੈਕਸ਼ਨ ਵੀ ਮਿਲੇ ਹੋਏ ਨੇ ਅਤੇ ਇੱਥੇ ਰਹਿੰਦੇ ਵਸਨੀਕਾਂ ਦੇ ਜੋ ਦੁਕਾਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਮਕਾਨ ਨੇ ਉਹਨਾਂ 'ਚ ਰਹਿੰਦੇ ਵਸਨੀਕਾਂ ਦੀ ਵੋਟਰ ਆਈ ਡੀਜ਼ ਤੱਕ ਨੇ ਦੁਰਉਪਯੋਗ ਮੈਂ ਕਹਿ ਸਕਦਾ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਗਿਆ ਨੇਤਾਵਾਂ ਦੁਆਰਾ ਆਪਣੇ ਪੋਲੀਟੀਕਲ ਫਾਇਦਿਆਂ ਲਈ ਅਤੇ ਅੱਜ ਇਹ ਲੋਕ ਸੜਕ 'ਤੇ ਨੇ ਇਹਦਾ ਜ਼ਿੰਮੇਦਾਰ ਕੌਣ ਹੈ ਪ੍ਰਸ਼ਾਸਨ ਜਾਂ ਇਹ ਲੋਕ ਜਾਂ ਉਹ ਭੂ ਮਾਫੀਆ ਜੋ ਆਪਦੇ ਵੱਲੋਂ ਤਾਂ ਇਹ ਜ਼ਮੀਨ ਵੇਚ ਕੇ ਆਪਣੇ ਲੱਖਾਂ ਕਰੋੜਾਂ ਰੁਪਈਏ ਇਕੱਠੇ ਕਰਕੇ ਨਿਕਲ ਗਿਆ ਪਰ ਇਹਨਾਂ ਲੋਕਾਂ ਨੂੰ ਫਸਾ ਗਿਆ। ਹੁਣ ਇਹ ਲੋਕ ਸਿਰ 'ਤੇ ਕਰਜ਼ਾ ਲੈ ਕੇ ਅਤੇ ਬਿਨਾਂ ਰੋਜ਼ਗਾਰ ਦੇ ਅੱਗੇ ਕੀ ਕਰਨਗੇ ਇਹ ਇੱਕ ਵੱਡਾ ਸਵਾਲ। ਆਏ ਦਿਨ ਇਹੋ ਜਿਹੀਆਂ ਖਬਰਾਂ ਤੁਸੀਂ ਪੰਜਾਬ ਅਤੇ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ ਸੁਣਦੇ ਰਹਿੰਦੇ ਹੋ ਜਿੱਥੇ ਕਿ ਭੂ ਮਾਫੀਆ ਅਤੇ ਸਰਕਾਰੀ ਤੰਤਰ ਦੀ ਮਿਲੀ ਭਗਤ ਦਾ ਸ਼ਿਕਾਰ ਹੁੰਦਾ ਹੈ ਉਹ ਆਮ ਆਦਮੀ ਜਿਹਨੇ ਆਪਣੀ ਹੱਡ ਤੋੜੀਵੀਂ ਕਮਾਈ ਦਾ 1-1 ਰੁਪਈਆ ਜੋੜ ਕੇ ਇਹ ਪ੍ਰੋਪਰਟੀ ਖਰੀਦੀ ਹੁੰਦੀ ਹੈ ਅਤੇ ਕਾਰਵਾਈ ਤੋਂ ਬਚ ਕੇ ਆਰਾਮ ਨਾਲ ਨਿਕਲ ਜਾਂਦੇ ਨੇ ਅਫਸਰ ਜਾਂ ਤਾਂ ਉਸ ਵੇਲੇ ਤੱਕ ਜਿਸ ਵੇਲੇ ਤੱਕ ਇਹ ਪੀਲਾ ਪੰਜਾ ਆਪਣੀ ਕਾਰਵਾਈ ਕਰਦਾ ਉਦੋਂ ਤੱਕ ਉਹ ਰਿਟਾਇਰ ਹੋ ਜਾਂਦੇ ਨੇ ਜਾਂ ਉਹਨਾਂ ਦੀ ਟ੍ਰਾਂਸਫਰ ਕਿਤੇ ਹੋਰ ਹੋ ਜਾਂਦੀ ਹੈ ਅਤੇ ਉਹ ਇਸ ਕਾਰਵਾਈ ਤੋਂ ਬਚ ਕੇ ਨਿਕਲਦਾ। ਕੁਝ ਇਹੋ ਜਿਹੇ ਸਖਤ ਕਦਮ ਚੁੱਕਣੇ ਪੈਣੇ ਆ ਜਿਹਦੇ ਨਾਲ ਅਫਸਰਾਂ ਨੂੰ ਵੀ ਕੰਨ ਖੜ੍ਹੇ ਹੋਣ ਕਿ ਉਹ ਅੱਗੇ ਤੋਂ ਇਹੋ ਜਿਹੇ ਪ੍ਰੋਜੈਕਟਸ ਨੂੰ ਪਾਸ ਕਰਨ ਜਾਂ ਪ੍ਰੋਜੈਕਟਸ ਦੇ ਨਕਸ਼ਿਆਂ ਨੂੰ ਪਾਸ ਕਰਨ ਤੋਂ ਪਹਿਲਾਂ 100 ਵਾਰੀ ਸੋਚਣ ਤਾਂ ਜੋ ਕਿ ਆਮ ਆਦਮੀ ਦੀ ਗਾੜੀ ਕਮਾਈ ਬਚ ਸਕੇ।